ਸਤਿ ਸ਼੍ਰੀ ਅਕਾਲ ਜੀ ਭਾਈ ਤੁਹਾਨੂੰ ਸਾਰਿਆਂ ਨੂੰ। ਅਤੇ ਲਓ ਭਾਈ, ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਤਾ ਆਪਣਾ ਫਾਰਮ ਦਿਖਾਇਆ ਤਾ ਬੱਕਰੀਆਂ ਵਾਲਾ, ਅਤੇ ਇੱਕ ਬੱਕਰੀ ਆਪਣੀ ਅੱਜ ਬੜੀ ਬੱਕਰੀ ਹੈ ਜਿਹੜੀ ਫਾਰਮ ਦੀ ਸਾਰਿਆਂ ਨਾਲ ਤਾਂ ਬੜੀ, ਅਤੇ ਉਹ ਸੂਪੀ ਦੋ ਤਾਂ ਦੇ ਦਿੱਤੇ ਹੁਣ ਤੱਕ, ਬਾਕੀ ਦੇਖਦੇ ਹਾਂ ਜੇ ਇੱਕ ਅੱਧਾ ਹੋਰ ਦੇ ਦੇਵੇ ਕਿਆ ਪਤਾ ਹੁੰਦਾ। ਬਾਕੀ ਡੈਡੀ ਬੈਠਾ ਰਾਖੀ ਕੁਰਸੀ ਡਾਈ, ਡੈਡੀ ਤਾਂ ਕਹਿੰਦਾ ਮੇਰਾ ਮਿੰਜਾ ਕੋਲ ਡਾ ਦੀ, ਕਹਿੰਦਾ ਵੀ ਰਾਤ ਨੂੰ ਸੂਗੀ, ਸੂ ਦਿਨ 'ਚ ਪਈ ਵਧੀਆ ਵਧੀਆ ਟਾਈਮ ਸੂਪੀ, ਅਤੇ ਰਾਤ ਨੂੰ ਗੌਰ ਰੱਖਣੀ ਥੋੜ੍ਹੀ ਔਖੀ ਹੋ ਜਾਂਦੀ ਆ ਫਿਰ, ਅਤੇ ਹੁਣ ਸੂਪੀ ਟਾਈਮ ਸਿਰ ਜੇਲ ਵੀ ਪੈ ਜੂਗੀ ਬਾਈ ਜੀ। ਬਾਕੀ ਆਪਾਂ ਨੇ ਇਹਨੂੰ ਸ਼ੱਕਰ ਖਿਲਾ ਤੀ, ਹੁਣ ਛੋਟਿਆਂ ਨੂੰ ਵੀ ਖਿਲਾ ਤੀ, ਮੂੰਹ ਮਿੱਠਾ ਕਰਾ ਤਾ ਇਹਨਾਂ ਦਾ, ਦੋਵੇਂ ਛੇਲਿਆਂ ਬਾਈ ਹੈ ਇਹ। ਇਹ ਇੱਕ ਤਾਂ ਪਿਓਰ ਕਾਲਾ ਹੀ ਆ, ਥੋੜ੍ਹਾ ਜਿਹਾ ਮੱਥੇ ਪਰ ਥੋੜ੍ਹਾ ਜਿਹਾ ਚਟਾਕ ਚਿੱਟਾ ਥੋੜ੍ਹਾ ਜਿਹਾ, ਅਤੇ ਦੂਜਾ ਡੱਬਾ ਹੈ ਥੋੜ੍ਹਾ ਜਿਹਾ, ਅਤੇ ਦਿਖਾਉਂਦੇ ਭਾਈ ਤੁਹਾਨੂੰ, ਡੈਡੀ ਨੂੰ ਮਿਲੋ ਉੱਧਰ। ਸਤਿ ਸ਼੍ਰੀ ਅਕਾਲ ਜੀ। ਲਓ ਜੀ, ਮੈਂ ਤਾਂ ਕਹਿੰਦਾ ਮੈਂ ਰਾਤ ਨੂੰ ਸੂਕੀ ਬੱਕਰੀ, ਦਿਨ 'ਚ ਸੂਕੀ ਵਧੀਆ ਹੋ ਗਿਆ, ਦੋ ਛੇਲੇ ਦਿੱਤੇ ਆ, ਬਾਕੀ ਹੁਣ ਦੇਖਦੇ ਹਾਂ ਵੀ ਹੋਰ ਦਿੰਦੀ ਕਿ ਨਹੀਂ ਦਿੰਦੀ, ਮੈਂ ਚੱਲ ਲੱਗਦਾ ਵੀ ਇੱਕ ਅੱਧਾ ਦਊ ਬਾਕੀ। ਹੈਂ ਜਾਣੀ 15-16 ਦਿਨ ਹੋ ਗਏ, 5 ਮਹੀਨੇ ਦੇ ਉੱਪਰ, 5 ਮਹੀਨੇ ਬਾਅਦ ਕਹਿੰਦੇ ਤੇ 5 ਮਹੀਨੇ 5 ਦਿਨ ਲੈਂਦੀ ਆ, 15 ਦਿਨ ਹੋ ਗਏ ਉੱਪਰ, 15 ਦਿਨ ਉੱਪਰ ਹੋ ਗਏ, 10 ਦਿਨ ਉੱਪਰ। ਹਾਂ ਬਾਕੀ ਦੂਈ ਵੀ ਤਿਆਰੇ ਆ ਹੁਣ, ਬਾਕੀ ਆਪਾਂ ਨੇ ਭਾਈ ਇਹਨਾਂ ਦਾ ਪਿੰਜਰਾ, ਇਹਨਾਂ ਦਾ ਛੋਟਿਆਂ ਦਾ ਹਾਊਸ ਅਲੱਗ ਕਰ ਰੱਖਿਆ ਹੋਇਆ ਆਪਾਂ ਨੇ, ਉਹ ਪਿੰਜਰੇ 'ਚ ਲਾ ਲੈਣੇ, ਪਿੰਜਰਾ ਕੱਢ ਲਿਆ ਬਾਹਰ, ਇਹ ਲਾਇਆ ਹੋਇਆ ਤੰਦਰ ਉੱਦਾਂ ਦਾ, ਥੋੜ੍ਹੀ ਜਿਹੀ ਮੂੰਹ ਮਾਰਿਆ ਤਾਂ ਮੂੰਹ ਮਿੱਠਾ ਹੋ ਗਿਆ, ਉਹਨੂੰ ਪਾ ਦੇ, ਉਹਨਾਂ ਨੂੰ ਪਾ ਦਿੰਦਾ, ਮੈਂ ਤੁਹਾਨੂੰ ਪਾ ਦਿੰਦਾ, ਗਾਏ ਨੂੰ ਪਾ ਦੇ, ਇਹ ਧੋ ਦੇਣਾ ਆਪਾਂ ਨੇ ਹੁਣ, ਇਹ ਕਰਦਾ ਸੀ ਧੁਆਈ ਦੀ ਬਾਈ, ਅਤੇ ਬਣਵਾਇਆ ਤਾਂ ਆਪਾਂ ਨੇ ਸਪੈਸ਼ਲ ਇਹਨਾਂ ਖਾਤਰ, ਛੋਟਿਆਂ ਖਾਤਰ, ਫਿਰ ਜਦ ਬੜੇ ਹੋ ਜਾਂਦੇ ਆ ਫਿਰ ਤਾਂ ਵਿੱਚੇ ਲੱਗ ਜਾਂਦੇ ਆ, ਫਿਰ ਨਾ ਉਹ ਲੱਗ ਗਏ ਦੂਏ ਦਾ ਬੜੇ ਹਨ, ਉਹ ਹੋ ਗਏ 3-3 ਮਹੀਨੇ ਦੇ। ਦੇਖੋ ਬਾਈ ਕਿੱਡੇ ਕਿੱਡੇ ਹੋ ਗਏ, ਹਾਰੇ ਬਹੁਤ ਹੋ ਗਏ, ਭਾਰੀਆਂ ਬਹੁਤ ਹੋ ਗਈਆਂ, ਤੇ ਪੀਂਦੇ ਵੀ ਦੋ 3 ਛੇਲੀਆਂ ਦਾ ਦੁੱਧ ਪੀਣੀ ਹੈ ਬਾਈ, 3 ਬੱਕਰੀਆਂ ਦਾ ਦੁੱਧ ਪੀਣੇ ਦੋਹੇ, ਕਦੇ ਉਹਦੇ ਲੱਗ ਜਾਂਦੇ ਕਦੇ ਉਹਦੇ, ਫੀਡ ਖਾਂਦੇ ਕੱਖ ਖਾਂਦੇ ਫੀਡ ਪੂਰੀ ਲੱਗ ਗਈ ਖਾਣ, ਬਾਕੀ ਖੁੱਲ੍ਹਾ ਜਾਨਵਰ ਹੈ ਵਾਧਾ ਬਾਈ, ਕੋਈ ਵੀ ਆ ਗਾਂ ਆ ਚਾਹੋ ਵੱਛੀ ਲਾ ਲਓ ਆਪਣੀ ਕੋਈ ਵੀ ਆ, ਜਿੰਨਾ ਆਪਾਂ ਖੁੱਲ੍ਹਾ ਰੱਖੂਗੇ ਉਨਾ ਛੇਤੀ ਵਾਧਾ, ਅੰਦਰ ਤੇ ਵੀ ਲਿਆਉਣਾ ਕੱਢ ਕੇ, ਚਲੋ ਧੰਨਵਾਦ।
ਆ ਫਿਰਦਾ ਬਾਈ ਭਜਨ 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 ਹੋਰ ਆ ਗਏ ਭਾਈ, ਦੋ ਭਜਨ ਹੋਰ ਆ ਗਏ ਆ ਭਜਨ ਆ ਫਿਰਦਾ ਚੱਕਰਾਂ ਮਾਰੇ ਕਰੂ ਡੈਡੀ ਮਹੀਨੇ ਦੋ ਮਹੀਨੇ ਤੱਕ ਇਹ ਉਹਨਾਂ ਨਾਲ ਤੇ ਵਿੱਚ ਆਏ ਬਾਈ ਭਜਨ ਆ ਜਿਹੜਾ ਦੋਵਾਂ ਨਾਲ ਤੇ ਦੋਵੇਂ ਬੱਕਰੀਆਂ ਨੂੰ ਬਾਹਰ ਕਰ ਉਹ ਬੱਕਰੀ ਉਹ ਨਹੀਂ ਆਉਂਦੀ ਹੈ ਵਾਹ ਚਲਾ ਲਾ ਜਾਂਦੇ ਹਾਲੇ ਫਿਰੀ ਜਾਣ ਦੇ ਹੱਥ ਪਾ ਦੀਏ ਇਹਨਾਂ ਨੂੰ ਹੱਥ ਪਾ ਦੇ ਇਹਨਾਂ ਨੂੰ ਬਾਕੀ ਫਾਇਦਾ ਇਹਨਾਂ ਦਾ ਚਾਰ ਨਾਲ ਯਾਰ ਅਚਾਰ ਨੂੰ ਖਾਂਦੀ ਆ ਬਹੁਤ ਨਾਲ ਪਾਣੀ ਬਹੁਤ ਪੀਂਦੀ ਆ ਅਚਾਰ ਖਾ ਕੇ ਹਾਂ ਜਿਹੜੀ ਹਰਿਆਈ ਆ ਹਰਿਆਈ ਨਾਲ ਤਾਂ ਮਾੜੀਆਂ ਹੁੰਦੀਆਂ ਉਹ ਹਰਿਆਈ ਖਾ ਕੇ ਤਾਂ ਮਾੜੀਆਂ ਹੁੰਦੀਆਂ ਅਚਾਰ ਵਧੀਆ ਅਚਾਰੇ ਹੋਰ ਲਿਆਉਣੀਆਂ ਇਕੱਠਾ ਇਹਨਾਂ ਚਾਰੇ ਰੱਖਣਾ ਡੰਗਰਾਂ ਨੂੰ ਪਾਈ ਜਾ ਰਿਹਾ ਜਾ ਬਾਈ ਦਿਖਾਈ ਆਹ ਸੂਈ ਆਪਣੀ ਬੜੀ ਬੱਕਰੀ ਆਹ ਥੋੜ੍ਹਾ ਜਿਹਾ ਡੱਬਾ ਹੈ ਅਤੇ ਇਹਦੇ ਕੋਲ ਥੋੜ੍ਹਾ ਜਿਹਾ ਚਟਾਕ ਆ ਹਾਂ ਦੇਖੋ ਬਾਕੀ ਹੇਠਾਂ ਸਾਫ਼ ਕਰਿਆ ਆ ਬਾਈ ਬਿਲਕੁਲ ਅਤੇ ਪਿੰਜਰੇ 'ਚ ਕਰ ਦੇਣੇ ਆ ਸਫਾਈ 'ਚ ਫੱਟੇ ਲਾਏ ਹੋਏ ਆਪਾਂ ਨੇ ਉਹਦੇ ਵਿੱਚ ਲਾ ਦੇਣੇ ਬਾਅਦ 'ਚ ਛੱਟ ਰਹੀ ਆ ਪੂਰੇ ਹੋ ਗਏ ਚੰਟ ਜੇ ਲੱਗ ਗਏ ਖੜੇ ਹੋਣ ਬਲ ਲੱਗ ਜਾਣਾ ਇਹਨਾਂ ਨੇ ਖਾਣ ਤਾਂ ਮਹਾਂ ਨੀਵੇਂ ਹੀ ਆ ਬੱਕਰੀ ਦੇ ਬੱਕਰੀ ਹਾਂ ਚੰਗਣੇ ਨੂੰ ਉੱਚੀ ਨਹੀਂ ਆਏਗੀ ਬਾਕੀ ਫਿਰ ਦੁੱਧ ਪਿਲਾ ਦੇਣਾ ਅੱਧੇ ਪੌਣੇ ਘੰਟੇ ਤੱਕ ਘੰਟੇ ਕਿੱਥੇ ਚੁਕਾ ਦੇਣੇ ਆਹ ਹੋ ਵੀ ਗਿਆ ਸੂਈ ਨੂੰ ਹਾਂ ਘੰਟੇ ਕਿੱਥੇ ਹੀ ਫਿਰ ਬਸ ਜਾਨ ਪੈ ਜਾਣੀ ਨਾਲੇ ਜੇਰ ਪੈ ਜਾਣੀ ਹੈ ਜਾਨੂੰ ਹਾਂ ਜੇਰ ਪੈ ਜਾਣੀ ਬਾਕੀ ਜਗਾ ਕੇ ਫਿਰ ਚੱਲ ਪਿੰਜਰੇ 'ਚ ਵਾੜ ਦੇਣੇ ਅਤੇ ਸਵੇਰੇ ਜਗਾਉਂਗੇ ਬਾਕੀ ਤਾਂ ਦੂਈ ਨੇ ਵੀ ਪੰਜ ਚਾਰ ਦਿਨ 'ਚ ਸੂ ਪੈਣਾ ਹੁਣ ਤਿਆਰੀ ਹੋ ਗਈ ਉਹ ਹੈ ਤਾਂ ਹੁਣ ਸਾਰੀਆਂ ਗੱਬਣ ਇੱਕ ਨਹੀਂ ਹੈਗੀ ਗੱਬਣ ਬਾਕੀ ਸਾਰੀਆਂ ਗੱਬਣ ਟਾਈਮ ਨਾਲ ਸਾਰੀਆਂ ਸੂਈ ਜਾਣ ਕੱਖ ਦੋ ਵਾਰ ਪਾਤੇ ਫਿਰ ਪੈਣਾ ਮਾਰਦਾ ਚੱਕਰਾਂ ਬਾਈ ਬੜਾ ਛੇਲਾ ਹੈ ਕੱਖ ਖਾਣ ਲੱਗ ਗਈ ਹੁਣ ਨਹੀਂ ਖਾਣਾ ਹੈ ਕੱਖ ਲੱਗ ਗਈ ਖਾਣ ਪਹਿਲ ਤਾਂ ਉੱਠੀ ਉਹਨੂੰ ਜਦ ਤੱਕ ਦੂਆ ਨਹੀਂ ਆਇਆ ਬੱਚਾ ਚੱਲ ਬਥੇਰੇ ਆ ਦੋ ਲੋਕ ਬਥੇਰੇ ਆ ਪਾ ਜੁਵੇ ਬਹੁਤ ਵਧੀਆ ਨਹੀਂ ਹੁਣ ਟਾਈਮ ਵਧੀਆ ਹੀ ਸਿਆਲ 'ਚ ਥੋੜ੍ਹਾ ਜਿਹਾ ਔਖਾ ਹੁੰਦਾ ਤਾਂ ਲਕਾਉਣੇ ਹੀ ਬਹੁਤ ਔਖੇ ਆ ਸਿਆਲ 'ਚ ਲਕਾਉਣੇ ਔਖੇ ਹੁਣ ਗਰਮੀ 'ਚ ਆਏ ਆ ਕੋਈ ਚੱਕਰ ਹੁਣ ਪਿੰਜਰਾ 'ਚ ਉਹ ਬਾਹਰ ਪਿਆ ਰਹੇ ਲਕਾਉਣੇ ਦੀ ਲੋੜ ਹਾਂ ਹੁਣ ਤਾਂ ਗਰਮੀ ਹੀ ਆ ਸਮਾਂ ਤੇ ਅੱਛਾ ਉਹ ਪੱਖਾ ਲਾ ਦੇ ਬਾਕੀ ਪਿੰਜਰੇ ਵਿੱਚ ਬਾਹਰ ਹਵਾ ਹੀ ਹੈ ਅੰਦਰ ਨਹੀਂ ਲਾਉਣਾ ਪਿੰਜਰਾ ਚਾਦਰਾਂ ਦਾ ਪਖਾਰਾ ਬਹੁਤ ਠੰਡ ਤਾਂ ਚੰਗੀ ਆ ਹੁਣ ਗਰਮੀ ਤਾਂ ਪੈਂਦੀ ਕਹਿਰ ਦੀ
ਹੋਜੀ ਬਾਈ ਪਹੁੰਚ ਗਏ ਖੇਤ 'ਚ ਜੀ ਪਨੀਰੀ ਵਾਲੇ 'ਚ। ਪਨੀਰੀ 'ਚ ਪਾਉਣੀ ਆਪਾਂ ਨੇ ਖਾਦ, ਰੇਹ ਪਾਉਣਾ ਹੈ। ਆ ਕਿਆ ਲਿਆ ਜੀ? ਆ ਦਵਾ ਲਿਆਂਦੀ ਆ, ਯੂਰੀਆ 'ਚ ਬੁਲਾ ਕੇ ਪਾਉਣੀ ਆ। ਅੱਛਾ ਜੀ, ਕਿਆ ਕਿਆ ਜੀ 'ਚ? ਇਹਦੇ ਵਿੱਚ ਤਾਂ ਸਾਰੇ ਮਿਟਾਵਾਂ ਨਾ। ਅੱਛਾ ਜੀ, ਸਾਰੇ ਤੱਤ ਆ ਇਹਦੇ 'ਚ। ਠੀਕ ਆ, ਮਿਕਸਚਰ ਕਹਿੰਦੇ ਇਹਨੂੰ। ਬਾਕੀ ਹੁਣ ਯੂਰੀਆ 'ਚ ਪਾ ਦੇਣੀ ਆ ਛਿੱਟਾ ਦੇ ਕੇ। ਬਾਕੀ ਯੂਰੀਆ ਦਾ ਕੋਈ ਵੱਧ ਨਹੀਂ, ਦੋਹਾਂ 'ਚ ਪਾਉਣੀ ਹੈ। ਦੋ ਕਿਆਰਿਆਂ 'ਚ ਪਾਉਣੀ, 2 ਕਿਲੋ 3 ਕਿਲੋ ਹੱਦ ਦਾ ਯੂਰੀਆ। ਰਲਾ ਲਓ ਇਹਨੂੰ ਸਵਾਰ ਕੇ। ਬਾਕੀ ਹੋ ਗਈ ਆਪਣੀ ਪਨੀਰੀ ਤਿਆਰ ਹੀ ਆ ਬਾਈ। ਬਸ ਜਿੱਦਣ ਹੋ ਗਈ ਤਿਆਰ 15 ਤਰੀਕ ਤੋਂ ਬਾਅਦ ਫਿਰ ਆਪਾਂ ਨੇ ਲਾ ਦੇਣੀ ਆ। ਦੇਖੋ ਬਸ 2-2 ਇੰਚ 3-3 ਇੰਚ ਵੱਧ ਗਈ ਹੋਰ, ਪੂਰੀ ਤਿਆਰ ਹੋ ਜਾਣੀ ਆ। ਭਲੇ ਪਏ ਵੀ ਆ 7-8 ਦਿਨ। ਪਾਣੀ ਆਪਾਂ ਨੇ ਰੋਕਿਆ ਹੋਇਆ ਲਈ 'ਚ, ਸੁੱਕੀ ਪਈ ਆ ਅਤੇ ਕੱਲ੍ਹ ਲਾ ਦੂੰਗੇ ਪਾਣੀ ਹੋਰ ਰੇਹ ਪਾ ਕੇ। ਤਿਆਰ ਲੱਗਿਆ ਹੋਇਆ ਬਾਕੀ ਡੈਡੀ ਭਾਈ, ਆ ਗਿਆ ਸਮਾਨ। ਬਾਹਰ ਰਲ ਗਿਆ ਜੀ, ਐਨ ਬਣ ਗਿਆ, ਦਾਣੇ ਦਾਣੇ ਰਲ ਗਿਆ। ਹੁਣ ਛੋਟੇ ਲੋਟ ਦਿਓ ਛੁੱਟਾ, ਛੋਟੇ ਲੋਟ ਦਿਓ ਇੱਧਰ, ਉਹ ਪਰਲੀ ਸਾਈਡ 'ਤੇ ਦੇ ਦਿਓ। ਸਪਰੇਅ ਕਰਨੀ ਜੀ ਚਰੀ ਪਰ, ਉੱਧਰ ਲੱਗ ਗਈ ਬੱਕਰੀ ਸੂਣ ਆਪਣੀ, ਅਤੇ ਇਹਦੇ ਕਰਕੇ ਸਪਰੇਅ ਰਹਿ ਗਈ ਅੱਜ, ਹੁਣ ਕੱਲ੍ਹ ਨੂੰ ਕਰੂੰਗੇ। ਮੱਕੀ ਨੂੰ ਲਾਤਾ ਆਪਾਂ ਨੇ ਪਾਣੀ, ਮੱਕੀ ਵੱਢ ਰਹੇ ਹਾਂ। ਮੱਕੀ ਚੱਪਲਾਂ ਖੋਲ ਦੋ ਜੀ, ਗਿੱਲਾ ਨਾ ਹੈ ਤਾਂ ਸੁੱਕਾ ਹੀ ਆ। ਉਹ ਪਤਲਾ ਪਤਲਾ ਹੀ ਰੱਖਿਓ। ਦੋ ਵਾਰੀ ਮੁੱਠੀ ਕਰ ਲਈ, ਕੱਲੂ ਲਾ ਦੂੰਗੇ ਹੈ ਨਾ ਜੀ ਪਾਣੀ। ਤਿਆਰ ਆ ਹੁਣ ਤਾਂ ਪਨੀਰੀ, ਇਹ ਜਾਨੂੰ ਤਿਆਰ ਆ, ਜਾਨੂੰ ਲੈਟ ਛੱਡਣੀ ਆ। ਲੈਟ ਤਾਂ ਤਕਰੀਬਨ ਛੱਡਦੇ ਹੀ ਆ, ਫਿਰ ਵੀ ਜਾਨੂੰ ਤਿਆਰ ਹੋ ਜਾਣੀ ਆ। ਜਾਨੂੰ 15 ਤਰੀਕ ਆਉਣੀ, 15 ਤਰੀਕ ਤੱਕ ਤੇ 7 ਤਰੀਕ ਆ ਜੀ। ਹਾਂ 7 ਹੋ ਗਈ, ਹਫ਼ਤਾ ਪਿਆ, ਹਫ਼ਤਾ 8-9 ਦਿਨ ਪਏ, ਇੱਕ ਅੱਧਾ ਦਿਨ ਊਂ ਵੀ ਉੱਪਰ ਹੋ ਜਾਂਦਾ ਜੀ। ਉਹ ਕਿਹੜੇ ਦੱਸਿਆ ਹੋਇਆ ਵੀ ਇੰਨੀ ਨੂੰ ਲਾਉਣ, 17 ਤਰੀਕ ਨੂੰ ਬੀਜੀ, 17 ਨੂੰ ਮਹੀਨੇ ਦੀ ਹੋਣਾ ਇਹਨੇ ਪਨੀਰੀ ਨੇ। ਦੋ ਇੰਚ ਵੀ ਪਾਉਂਦੇ ਹਾਂ, ਪਰਾਂ ਬੀਜੀ ਹੋਈ ਬਾਈ ਜਿਹੜੀ ਆਪਾਂ ਨੇ। ਵਧੂੰਗਾ ਤਾਂ ਨੀ, ਜੇ ਵੱਧ ਗਿਆ ਰੱਖ ਲਿਓ ਫਿਰ ਦੇ ਦੂੰਗੇ, ਜ਼ਿਆਦਾ ਨਹੀਂ ਗਏ ਨਾ ਬਸ। ਉੱਧਰ ਬੀਜੀ ਹੋਈ ਬਾਈ ਆਪਾਂ ਨੇ 110, ਆ ਹੈਗੀ 468, ਉਹ ਹੈਗੀ 73-01 ਅਤੇ 26 ਬੀਜਣੀ ਆ। 26 ਆਪਾਂ ਨੇ ਭਿਉਈ ਹੋਈ ਆ, 26 ਬੀਜਣੀ ਤੋਂ ਬਾਅਦ ਸਾਰੇ ਬੀਜ ਲੈਣੇ ਬਾਈ ਆਪਾਂ ਨੇ, ਇੱਕ ਨਹੀਂ ਰੱਖਣਾ, ਕਈ ਰੱਖ ਲੈਣੇ। ਬਾਕੀ ਆ ਵੀ ਜੰਮੇ ਆਈ ਤੁਰਪੀ,
ਕਾਲੂ ਲਾਉਂਗੇ ਇਹਨੂੰ ਵੀ ਪਾਣੀ। ਚਾਰ ਸੌ ਅਠਾਹਟ ਆ ਜਿਹੜੀ ਉਹ ਹੈ, ਪਹਿਲੀ ਵਾਰੀ ਉਹ ਰੇਹ ਪਾਇਆ ਬਾਈ ਅੱਜ ਯੂਰੀਆ ਕੀ ਡਾਇਆ, ਆਪਾਂ ਨੇ ਦੋ ਵਾਰੀ ਪਾਤਾ ਜੀ ਯੂਰੀਆ ਅਸਮਾਨ ਮਿਲਚਰ ਵਿੱਚ ਰਲਾ ਕੇ ਜਿਹੜਾ ਪਾਇਆ ਆਪਾਂ ਨੇ, ਇਹਦੇ ਕਰਕੇ ਪਾਉਣਾ ਪੈ ਗਿਆ। ਥੋੜ੍ਹਾ ਹੀ ਰੱਖਿਆ, ਛੋਟੀ ਆ ਪਨੀਰੀ। ਆਹੋ ਦਵਾ ਵੀ ਆ, ਇੱਧਰ ਬਾਜਰਾ ਬੀਜਿਆ, ਪਰਲੀ ਸਾਡੇ ਚਰੀ ਆ, ਇੱਧਰ ਪਨੀਰੀ ਆਪਣੀ ਰਸਤੇ ਦੇ ਨਾਲ। ਸਪਰੇ ਕਾਹਲੂ ਕਰੂੰਗਾ ਜੀ, ਪੰਪ ਚੱਕੇ ਹੋਏ ਤੇ ਉੱਧਰ ਆ ਗਿਆ ਵੀ ਬੱਕਰੀ ਬੱਕਰੀ ਵੀ ਸੂਣ, ਚੱਲ ਉਹ ਵੀ ਜ਼ਰੂਰੀ ਤਾਂ ਟਾਈਮ ਲੱਗ ਗਿਆ ਉੱਧਰ ਸੂਪੀ, ਰਾਤ ਝਾਕੀ ਜਾਂਦੇ ਬੈਠੇ। ਬਾ ਪੈ ਗਿਆ ਹੁਣ ਰੇ, ਆ ਰੇ ਪੈ ਗਿਆ ਹੁਣ। ਬਾਕੀ ਥੋੜਾ ਹੀ ਪਾਇਆ ਪਨੀਰੀ ਨਿਆਣੀ ਵਾਲੇ ਛੋਟੀ ਆ, ਦੋ ਦਿਨ ਫੂਕ ਹੋ ਜੂਗੀ, ਦੋ ਚਾਰ ਦਿਨ ਫੇਰ ਪਾ ਦੇਵੇ, ਫੂਕ ਨਾ ਹੋਏ, ਲਾਹਾ ਨਾ ਕਰੇ ਇਹਦਾ। ਹਾਂਜੀ ਹਾਂ, ਵੀ ਇੱਕ ਵਾਰੇ ਪਾ ਦੇ। ਹਾਂਜੀ ਹਾਂ, ਵੀ ਚਾਹੋ ਪੰਜ ਸੱਤ ਦਿਨ ਬਾਅਦ, ਚਾਰ ਦਿਨ ਬਾਅਦ ਫਿਰ ਚਾਹੋ ਪਾ ਦੇ, ਫਿਰ ਨਹੀਂ ਸਿਆਣ ਵੀ, ਨਾਲੇ ਤਾਕਤ ਮਿਲਦੀ ਆ। ਇੱਕ ਲਾਗਤ ਗਿਰਿਆ ਵਾ ਫੂਕ ਵੀ ਹੁੰਦੀ ਆ, ਤਾਕਤ ਵੀ ਮਿਲਦੀ ਨਹੀਂ। ਬਾਕੀ ਇਹ ਨਹੀਂ ਪੋਇਆ ਸਪਰੇ ਨੂੰ ਕਰਕੇ, ਫਿਰ ਪਾਣੀ ਲਾਈ ਨਾਲੇ ਜਿਹੜੀ ਗੋਬਤੀ ਚੱਲਦੀ ਆ, ਗੋਬਤੀ ਸੁੱਕਦੀ ਆ, ਜਾਣੀ ਅੱਗੇ ਤਾਂ ਇਹ ਚਰੀ ਨੂੰ ਕਾਲੀ ਨੂੰ ਤਾਂ ਕਦੇ ਸਪਰੇ ਕਰੀ ਨੀ, ਐਤਕੀ ਧੁੱਪ ਕਰਕੇ ਹੋਈ ਆ, ਜਦ ਮੀਂਹ ਨੀ ਨਾ ਪਿਆ, ਮੀਂਹ ਨੀ ਪਿਆ ਹੈਗਾ, ਧੁੱਪ ਬਹੁਤ ਪੈਂਦੀ। ਬਾਕੀ ਬਾਜਰਾ ਸਭ ਨਾਲੋਂ ਵਧੀਆ, ਛਿੱਦਾ ਛਿੱਦਾ ਲੱਗੀ ਗਿਆ। ਬਾਕੀ ਬੇਲ ਜੀ ਭਈਆਂ ਤੇ ਪਟਾਤੀ ਹੈ, ਬੇਲ ਐ ਸਾਫ ਕਰ ਸਾਰੀ ਜੀ। ਹਾਂਜੀ ਹਾਂ ਸਾਰੀ ਜਾ, ਠੀਕ ਤੇ ਕਿਆ ਲੱਗੇ ਆ ਨਾਲੇ ਉਹ ਪਟਾਤੇ ਬੂਟੇ ਬੂਟੇ ਉੱਤੇ ਜਿਹੜੇ। ਅੱਛਾ, ਤੇ ਉਹ ਵੀ ਲੈਣਾ ਚ ਬਹੁਤ ਫੁੱਟੇ ਆਏ ਤੇ ਫੇਰ ਦਾਤੀ ਨਾਲ ਠੀਕ ਆ, ਉਹ ਵੱਢਣੀ ਬਹੁਤ ਔਖੀ ਹੋ ਜਾਣੀ ਸੀ, ਫੇਰ ਚੜ ਜਾਂਦੀ ਆ ਵਿੱਚ ਇਹਦਾ ਸਾਲੀ ਬਰ ਬਰੋਲੇ ਵਾਂਗੂ ਚੜਦੀ ਉੱਪਰ। ਬਾਕੀ ਚੱਲ ਸਾਫ ਹੋ ਗਈ, ਵੱਢਣ ਦੀ ਮੌਜ ਆ। ਬਾਕੀ ਹਰਿਆਈ ਡੰਗਰਾਂ ਨੂੰ ਬਥੇਰੀ ਆ, ਉਹਨੂੰ ਤਾਂ ਚਾਰੇ ਹੀ ਰੱਖਣਾ ਬੱਕਰੀਆਂ ਨੂੰ। ਅੱਛਾ, ਚਾਰੇ ਫਾਇਦਾਮੰਦ ਆ। ਹਾਂ, ਕਈ ਬੱਕਰੀਆਂ ਭਾਈ ਤਿੰਨ ਵੀ ਦੇ ਦਿੰਦੀਆਂ, ਚਾਰ ਵੀ ਦੇ ਦਿੰਦੀਆਂ, ਚਾਰ ਵੀ ਸੁਣਿਆ, ਚਾਰ ਵੀ ਮੈਂ ਵੀਡੀਓ ਦੇਖੀ ਕਿ ਚਾਰ ਦਿੰਦੇ ਦਿੰਦੇ ਹੀ ਹੋਣੀ, ਆਪਣੇ ਐਵਰੇਜ ਹਲੇ ਤੱਕ ਤਾਂ ਦੋ ਦੀ ਆ, ਚੱਲ ਦੋ ਵੀ ਦੇਈ ਜਾਏ ਬਹੁਤ ਆ, ਖਬਰ ਦੇ ਦੇਵੇ ਹਲੇ ਕਿ ਪਤਾ ਹਲੇ ਪਤਾ ਵੀ ਨਹੀਂ ਹੁੰਦਾ। ਬਾਕੀ ਜੇ ਬਾਅਦ ਹੋਰ ਵਾਧਾ ਹੋਇਆ ਅਗਲੀ ਵੀਡੀਓ ਦਿਖਾ ਦੱਸ ਦੂੰਗੇ ਤੁਹਾਨੂੰ ਭਾਈ।
ਵੀ ਵਧੇ ਕਿ ਨਹੀਂ। ਬਾਕੀ ਦੂਈ ਤਾਂ ਦੂਈ ਖਬਰੇ ਤਿੰਨੇ ਦੇ ਵੀ ਦੂਈ ਦਾ ਢਿੱਡ ਬਹੁਤ ਬੜਾ, ਕੁਛ ਨਹੀਂ ਪਤਾ ਦੂਈ ਤਾਂ ਪਾਟਣ ਨੂੰ ਪਈ ਨੋ। ਹਾਲੇ ਅਗਲੀ ਵੀਡੀਓ ਚ ਦੇਖਦੇ ਆ ਚੁਸਤ ਹੋ ਜਾਵੇ ਮਾੜੇ ਜੇ, ਫਿਰ ਰੱਖੂਗੇ ਨਾਮ ਵੀ ਰੱਖਣੇ ਨਵੇਂ। ਹਾਂ ਨਾਮ ਤਾਂ ਰੱਖਣੇ ਹੀ ਆ, ਪਹਿਲਾਂ ਭਜਨ ਆਮ ਲਈ ਚਤਰੋ ਚਤਰੋ, ਇਹਨਾਂ ਦੇ ਨਾਮ ਵੀ ਰੱਖੂਗੇ, ਇਹਨਾਂ ਦੇ ਵੀ ਰੱਖਣੇ, ਉਹੀ ਗੱਲ ਹੈ। ਚਲੋ ਠੀਕ ਆ ਨਾ ਜੀ, ਤੇ ਮਿਲਦੇ ਤੁਹਾਨੂੰ ਕਿਸੇ ਅਗਲੀ ਵੀਡੀਓ ਚ। ਸਤਿ ਸ੍ਰੀ ਅਕਾਲ ਜੀ ਸਾਰਿਆਂ, ਸਤਿ ਸ੍ਰੀ ਅਕਾਲ।